ਰਹੀਂ ਰੋਜ਼ਾਨਾ ਦੀ ਤਰ੍ਹਾਂ ਗੱਲਾਂ ਮੰਡੀ ਗੋਇਰੇ ਦੇ ਅੰਦਰ ਮੌਜੂਦ ਹਾਂ ਅਤੇ ਜ਼ਿੰਮੇਦਾਰ ਦੋਸਤਾਂ ਦੇ ਨਾਲ ਮੰਡੀ ਦੇ ਅੰਦਰ ਆਈ ਹੋਈ ਜਿਨਸਾਂ ਨਾਲ ਰੇਟ ਜਿਹੜੇ ਆ ਸ਼ੇਅਰ ਕਰਦੇ ਹਾਂ। ਪਹਿਲਾਂ ਗੱਲ ਕਰਾਂਗੇ ਅਸੀਂ ਅੱਜ ਗੰਦਮ ਦੀ। ਗੰਦਮ ਦਾ ਰੇਟ ਜਿਹੜਾ ਅੱਜ ਚੰਗੀ ਜਿਹੜੀ ਗੰਦਮ ਆ 44.50 ਜਿਹੜੀ ਆ 4450 ਰੁਪਏ ਸੇਲ ਹੋਈ ਆ। ਅਗਰ ਅਸੀਂ ਗੱਲ ਕਰੀਏ ਸਰ੍ਹੋਂ ਦੀ, ਸਰ੍ਹੋਂ ਦਾ ਰੇਟ ਆ ਜਿਹੜਾ ਵਾ ਲਾਸਟ 800 ਤੱਕ ਆ, ਇਹ ਸਰ੍ਹੋਂ ਸੇਲ ਹੋਈ ਆ। ਹੁਣ ਅਸੀਂ ਗੱਲ ਕਰਦੇ ਹਾਂ ਮਕਈ ਦੀ। ਮਕਈ ਦਾ ਰੇਟ 1800 ਤੋਂ ਲਾ ਕੇ 2180 ਰੁਪਏ 80-90 ਤੱਕ ਜਿਹੜੀ ਆ ਚੰਗੀ ਮਕਈ ਜਿਹੜੀ ਆ ਉਹ ਸੇਲ ਹੋਈ ਆ ਚੰਗੇ ਰੰਗ ਵਾਲੀ। ਲਾਸਟ ਅਸੀਂ ਗੱਲ ਕਰਾਂਗੇ ਤਿਰੀ ਦੀ। ਤਿਰੀ ਜਿਹੜੀ ਆ ਉਹ 16400 ਤੱਕ ਆ, ਤਿਰੀ 16400। ਅਗਰ ਤਿਲਾਂ ਦੀ ਗੱਲ ਕਰੀਏ ਤਿਲ ਜਿਹੜੇ ਨੇ ਉਹ 16700 ਤੱਕ ਸੇਲ ਹੋਏ ਆ। ਇਹ ਸੀ ਗੱਲਾਂ ਮੰਡੀ ਗੋਇਰੇ ਦਾ ਆਈਆਂ ਹੋਈਆਂ ਜਿਨਸਾਂ ਉਹਨਾਂ ਰੇਟ ਮੇਰੇ ਦੋਸਤਾਂ ਦੇ ਨਾਲ ਸਾਂਝੇ ਕੀਤੇ ਆ। ਸ਼ੁਕਰੀਆ।